ਆਦਰੀਨ ਹੁਣ ਖੂਬਸੂਰਤ ਆਰਟਿਸਟ ਬਹੁਤ ਮੇਰੀ ਪਸੰਦ ਆਰਟਿਸਟ ਸਾਡੀ ਵੀ ਪਸੰਦ ਆ ਚਾਚਾ ਜੰਗ ਵਾਲਾ ਅਸਲਾਮ ਵਾਲੇਕੁਮ ਬਸ਼ੀਰ ਜਾਨ ਕੀ ਹਾਲ ਹੈ ਜਾਂ ਸਾਰਿਆਂ ਦੀ ਜਾਨ ਹੋ ਉਹ ਠੀਕ ਹੈ ਚਾਚਾ ਔਰ ਖੈਰੀਅਤ ਤੇਈ ਅੱਲਾ ਦੇ ਬੜੇ ਸ਼ੁਕਰ ਹਨ ਬੜੇ ਰਾਜ਼ੀ ਹੈ ਭਾਉ ਇਹ ਕੀ ਕਰਦਾ ਪਿਆ ਚਾਚਾ ਖੋਤੀ ਦੀ ਸਵਾਰੀ ਤੇ ਨਾ ਦੁੱਖ ਨਾ ਬਿਮਾਰੀ ਬਸ਼ੀਰ ਸਾਹਿਬ ਖੋਤੀ ਦਾ ਵਾਹਣਾ ਤੇ ਜਾਣਾ ਪੱਠੇ ਲੈਣ ਭਾਉ ਤੂੰ ਤਾਂ ਵੇਲੋ ਤੇ ਇੰਤ ਮੁੜ ਕਿਹੜਾ ਰੋਲਾ ਹੈ ਇੱਥੇ ਕੰਮ ਧੰਦਾ ਕਰਨਾ ਪੈਂਦਾ ਬਸ਼ੀਰ ਜਾਨ ਹੋ ਚਾਚਾ ਹੁਣ ਖੋਤੀ ਤੇ ਜਾਉ ਓਏ ਮੈਂ ਕਹਿੰਦਾ ਖੋਤੀ ਦੇ ਇਤਨੇ ਫਾਇਦੇ ਨੇ ਨਾ ਭਾਉ ਬਸ਼ੀਰ ਨਾ ਤੇਲ ਪਵੇ ਨਾ ਡੀਜ਼ਲ ਸੜੇ ਸੱਭੀ ਪੱਠਿਆਂ ਦੀ ਗੱਲ ਤੇ ਬਾਵੇਂ ਚਲਾ ਹੀ ਰੱਖ ਜਿੱਥੋਂ ਤੱਕ ਮਰਦੀ ਜਾਵੇ ਬੜੇ ਸਵਾਦ ਹੀ ਨਹੀਂ ਇੱਕ ਏਸੀ ਨਾ ਹੋਇਓ ਬਾਕੀ ਸਾਰਾ ਕੁਛ ਉਹਦੇ ਵਿੱਚ ਆ ਚਾਚਾ ਮੈਂ ਸੁਣਿਆ ਅੱਜ ਤੁਸੀਂ ਇੱਥੇ ਬੜੀ ਖੂਬਸੂਰਤ ਪਿੰਡ 'ਚ ਆਏ ਹੋ ਟਾਈਮ 'ਤੇ ਕਾਮੇਡੀ ਦੀ ਰਿਕਾਰਡਿੰਗ ਕਰਦੇ ਪਏ ਹੋ ਅਤੇ ਪ੍ਰੋਪਰ ਹੁਣ ਮੇਰੇ ਖਿਆਲ ਮੈਂ ਟਾਈਮ 'ਤੇ ਕਾਮੇਡੀ ਦੇ ਪੱਕੇ ਕੰਮ ਕਰਨਾ ਜਾਂ ਨਸ ਜਾਊ ਉਹ ਮੈਂ ਆਖਦਾ ਪਿਆ ਬਈ ਟਾਈਮ 'ਤੇ ਕਾਮੇਡੀ ਜਿਹੜੀ ਹੈ ਨਾ ਉਹ ਆਪਣੀ ਜੇਨ ਦੇ ਅਤੇ ਉਸ 'ਤੇ ਕੰਮ ਮਸਾ ਕਰਨਾ ਦੱਸ ਕੇ ਤਾਂ ਰੜੀਆਂ ਪੱਟਣੀਆਂ ਤਾਂ ਦੂਰ ਚੰਗੀ ਬੁਲਾਵਣੀ ਹੈ ਸਮਝ ਆਈ ਅਤੇ ਇਨ ਸ਼ਾਲਾ ਜਿਹੜੇ ਸਾਰੇ ਸੁਣਦੇ ਪਏ ਹੋ ਨਾ ਉਹ ਜਨਾਬ ਤੁਸੀਂ ਜ਼ਰੂਰ ਪਹੁੰਚਣਾ ਹੈ ਅਤੇ ਮਾਹੀਆ ਮੈਨੂੰ ਇੱਕ ਆ ਗਿਆ ਜੇ ਆਖੋ ਤਾਂ ਸੁਣਾਈ ਚਾ ਮਾਹੀਆ ਬਈ ਉਸ ਆਖਿਆ ਬਈ ਕੌਣ ਕਹਿਤਾ ਹੈ ਕਿ ਮੇਰਾ ਮਹਿਬੂਬ ਗੰਜਾ ਹੈ ਕਭੀ ਚਾਂਦ ਕੇ ਵੀ ਬਾਲ ਹੋਆ ਕਰਤੇ ਹੈ ਜੀ ਆ ਅਤੇ ਦੂਜੀ ਗੱਲ ਇਹ ਹੈ ਬਈ ਰਕਸ਼ੇ ਨੂੰ ਕਿੱਕ ਮਾਰੀ ਉਹ ਵਾਹ ਵਾਹ ਤੇ ਕਰੋ ਵਾਹ ਜੀ ਵਾਹ ਜੀ ਵਾਹ ਜੀ ਕੁਝ ਕਿਹਾ ਹੀ ਨਹੀਂ ਤੂੰ ਓਹੋ ਕੋਈ ਰਕਸ਼ੇ ਨੂੰ ਕਿੱਕ ਮਾਰੀ ਅਤੇ ਮਾਹੀਏ ਨੂੰ ਮੈਂ ਫੁੱਲ ਮਾਰਿਆ ਮਾਹੀਏ ਜ਼ੋਰ ਦੀ ਇੱਟ ਮਾਰੀ ਹਾਂਜੀ ਮਾਸ਼ਾਅੱਲਾ ਸਿਰ ਬਚ ਗਿਆ ਜੀ ਆ ਸਿਰ ਸੁਰ ਬਚ ਗਿਆ ਅਤੇ ਤੁਸੀਂ ਚੈਨਲ 'ਤੇ ਜ਼ਰੂਰ ਤਸ਼ਰੀਫ ਲੈਣੀ ਹੈ ਚਾਚੇ ਨੂੰ ਤੁਹਾਡੀ ਇੰਤਜ਼ਾਰ ਆ ਸੀ ਚਾਚਾ ਜੀ ਹੁਣ ਜੰਗ ਕਦੋਂ ਆ ਰਿਹਾ ਤੁਹਾਡਾ ਵੀਡੀਓ ਸਾਰੇ ਤਕਰੀਬਨ ਐਤਵਾਰ ਦਾ ਦਿਨ ਸੁਬਹਾ 1 ਵਜੇ ਅਸਾਂ ਦੱਕ ਦੇਵਣਾ ਅੱਲਾ ਦੇ ਹੁਕਮ ਨਾਲ ਖੈਰੀ ਖੈਰੀ ਹੋ ਜਾ ਜੀ ਆ ਬੜੀ ਮਿਹਰਬਾਨੀ ਚਾਚਾ ਜੰਗ ਵਾਲਾ ਅੱਲਾ ਤੈਨੂੰ ਖੁਸ਼ ਰੱਖੇ ਐਂ ਜੀ ਟਾਈਮ 'ਤੇ ਕਾਮੇਡੀ 'ਤੇ 10 ਕੱਢ ਦਿਓ ਮੈਂ ਕਹਿੰਦਾ ਜੀ ਇਸ 'ਤੇ ਆਪਾਂ ਪ੍ਰੋਪਰ ਕੰਮ ਕਰਨਾ ਅਤੇ ਇਨਸ਼ਾਅੱਲਾ ਅਸੀਂ ਜ਼ਰੂਰ ਔਰ ਜ਼ਰੂਰ ਆਉਣਾ ਚਲੋ ਨਾਜ਼ਰੀਨ ਇੱਕ ਔਰ ਖੂਬਸੂਰਤ ਆਰਟਿਸਟ ਨਾਲ ਤੁਹਾਡੀ ਮੁਲਾਕਾਤ ਕਰਾਂਦੇ ਪਿਆ ਪਿੱਛੋਂ ਆ ਗਈ ਏ ਖੈਰਾਂ ਸਹੀ ਆ ਸ਼ਾਬਾਸ਼ ਬਹੁ ਕੰਮ ਵਾਲੀ ਏ ਮੈਂ ਆਨਾ ਬਈ ਇਹ ਇੰਜ ਕੰਮ ਕਰਦੀ ਏ ਨਾ ਬਈ ਮੁੰਡੂ ਰੜੀਆਂ ਕੱਟ ਦਿੰਦੀ ਅੱਲਾ ਦੀ ਰਹਿਮਤ ਨਾਲ ਜੀ ਆ ਮੈਂ ਆਦੀ ਮੈਂ ਤਾਂ ਥੱਕਣ ਵਾਲੀ ਜੀ ਹਾਂ ਵੀ ਨਾ ਮੈਨੂੰ ਤਾਂ ਜਿੰਨਾ ਕੰਮ ਲੱਭੇ ਮੈਂ ਤੇ ਉਹਨਾਂ ਹੀ ਦੱਸੀ ਜਾਵਾਂ ਕੀਤੀ ਜਾਵਾਂ ਕੰਮ ਮੈਂ ਤਾਂ ਤੁਹਾਡਾ ਨਾਂ ਕੀ ਏ ਜੀ ਲੈ ਮੇਰੇ ਨਾਲ ਖੈਰਾਂ ਏ ਖੈਰਾਂ ਦੀ ਖੈਰ ਹੋਵੇ ਤੇ ਸਾਡੇ ਦੁਸ਼ਮਣਾਂ ਦੇ ਪੈਰਾਂ ਤੇ ਨਾਂਗ ਹੋਵੇ ਕਿਤੇ ਲੜਦਾ ਹੀ ਭਰਾ ਹੋ ਕੇ ਥੋੜਾ ਛੱਡੀ ਨਾ ਗੋ ਤੇ ਇਹ ਜੀ ਖੈਰਾ ਹੈ ਮੈਂ ਆਨਾ ਜੀ ਬੜੀ ਅੱਛੀ ਬੋਲਣ ਵਾਲੀ ਹੈ ਔਰ ਦਿਲੋਂ ਰਿਸਪੈਕਟ ਹੈ ਰਿਸਪੈਕਟੇਬਲ ਹੈ ਅਤੇ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਆ ਜਾਵੇ ਆ ਖੈਰਾ ਬੋਲ ਮੇਰੀ ਜਿੰਦ ਜਾਨ ਹੈ ਤੂੰ ਕਦੀ ਮੈਨੂੰ ਖੈਰ ਦੀ ਬੇੜੀ ਬੋੜ ਕੇ ਖਬਰ ਕਾਇ ਨਹੀਂ ਸੁਣਾਈ ਆਟਾ ਟੁੱਕੋ ਕੋਈ ਗੁੱਦਾ ਹੀ ਕਹਿੰਦੇ ਗੱਲ ਵਿੱਚ ਉਹ ਮੇਰੀ ਜਾਨ ਪੱਕਾ ਪਿਆ ਸਾਰਾ ਕੁਝ ਲੱਸੀ ਰਿੜੇਕ ਕੇ ਆਈ ਆ ਮੱਖਣ ਕੱਢ ਕੇ ਆਈ ਆ ਸ਼ਾਬਾਸ਼ ਯਾ ਸ਼ੇਰ ਦੀ ਬੱਚੀਏ ਮੈਂ ਨਾ ਗੁੱਡ ਆਪਣਾ ਟਾਈਮ ਪੇ ਕਮੇਡੀ ਜ਼ਿੰਦਾਬਾਦ ਚਾਚਾ ਤੇਰਾ ਮੂੰਹ ਤੇ ਮੱਖਣ ਖਾਣ ਵਾਲਾ ਤਾਂ ਨਹੀਂ ਲੱਗਦਾ ਪਿਆ ਤੂੰ ਤੁਰ ਜਾ ਵਾਸਤੇ ਤੂੰ ਮੈਨੂੰ ਅੱਗੇ ਨਹੀਂ ਟੁੱਕੋ ਢਿੰਦਾ ਉਹ ਤੂੰ ਨਵਾਂ ਮੁਸੀਬਤ ਸਾਡੇ ਇਹੋ ਜਿਹਾ ਮੁਲਕ ਸਾਡੇ ਲੜਾਈਆਂ ਕਰਿੰਦਾ ਕੁਝ ਨਹੀਂ ਆਉਂਦਾ ਇੱਕ ਸ਼ੁਗਲ ਹੀ ਤਾਂ ਆਉਂਦਾ ਏ ਪਤਾ ਨਹੀਂ ਜ਼ਿੰਦਗੀ ਕਿਹ ਤਾਈ ਆਪਣੀ ਵਾਹ ਜੀ ਵਾਹ ਮੈਂ ਨਾ ਖੈਰਾਂ ਦੀ ਖੈਰ ਹੋਵੇ ਜੀ ਖੈਰਾਂ ਚਾਚੇ ਨੂੰ ਤੂੰ ਵਿਗ ਤੇ ਲੈ ਕੇ ਦੇ ਵਿਗ ਨਹੀਂ ਮੈਨੂੰ ਏਡਾ ਹੀ ਬੜਾ ਸੋਹਣਾ ਲੱਗਦਾ ਏ ਵਿਗ ਦੀ ਲੋੜ ਹੀ ਕੋਈ ਨਹੀਂ ਏ ਵਾਹ ਇਹ ਵੈਸੇ ਹੀ ਬੜਾ ਜੈਨੂਇਨ ਸੋਹਣਾ ਹੈ ਜੀ ਬਾਉ ਇੱਥੋਂ ਚੱਲੇ ਇੱਥੇ ਲੜਾਈ ਨਹੀਂ ਪਾਉਂਦੀ ਤੇ ਅੱਗਾਂ ਕਿਸੇ ਹੋਰ ਨਾਲ ਲੜਾਈ ਕਰਾਉਂਦੇ ਹਾਂ ਜੀ ਜੀ ਬੜੀ ਮਿਹਰਬਾਨੀ ਜਨਾਬ ਕਿਆ ਟੋਕਰਾ ਨਾਜ਼ਰੀਨ ਇਹ ਖੂਬਸੂਰਤ ਵਿਲੇਜ ਦੀ ਲੋਕੇਸ਼ਨ ਹੈ ਅੱਜ ਅਸੀਂ ਇੱਥੇ ਆਏ ਹਾਂ ਟਾਈਮ 'ਤੇ ਕਾਮੇਡੀ ਸ਼ੂਟਿੰਗ ਚੱਲ ਰਹੀ ਹੈ ਅਤੇ ਬੜੇ ਖੂਬਸੂਰਤ ਆਰਟਿਸਟ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜਨਾਬ ਉਮਰੀ ਨਿਮਾਣਾ ਸਾਹਿਬ
ਅਸਲਾਮ ਅਲੈਕੁਮ ਉਮਰੀ ਨਮਾਣਾ ਸਾਹਿਬ। ਵਾਲੇਕੁਮ ਸਲਾਮ ਉਸਤਾਦ ਬਸ਼ੀਰ ਜਾਨ ਸਾਹਿਬ, ਕੀ ਹਾਲ ਚਾਲ ਹੈ? ਉਹ ਠੀਕ ਵੱਧਾ ਹੈ, ਅੱਲਾ ਦੇ ਬੜੇ ਇਹਸਾਨ ਹਨ, ਤੁਸੀਂ ਸੁਣਾਓ। ਅੱਲਾ ਦਾ ਸ਼ੁਕਰ ਹੈ। ਦੱਸ ਅੱਜ ਕੀ ਰੋਲ ਕਰਦਾ ਪਿਆ ਹੈ, ਕੀ ਮਜ਼ਾ ਆ ਰਿਹਾ ਰਿਕਾਰਡਿੰਗ 'ਚ? ਮਾਇਆ ਨਾ ਬਸ਼ੀਰ ਜਾਨ ਸਾਹਿਬ, ਉਸਤਾਦ ਜੀ ਸਲਾਮ ਕਰਨੇ ਆ ਤੇਰੀ ਸਟੋਰੀ ਨੂੰ, ਔਰਤਾਂ ਨੂੰ ਕਮਾਲ ਦੀ ਤੁਸੀਂ ਸਟੋਰੀ ਲਿਖਦੇ ਨੇ ਔਰ ਕਮਾਲ ਦੀ ਐਕਟਿੰਗ ਕਰਾਉਂਦੇ ਨੇ। ਮੈਨੂੰ ਤਾਂ ਪਤਾ ਹੀ ਇੱਥੇ ਲੱਗਾ ਕਿ ਉਸਤਾਦ ਉਹ ਕਿੱਡੇ ਸਖਤ ਹੈ ਨੋ, ਅਤੇ ਬਹੁ ਬਾਈ ਸਖਤ ਨਾਲ ਸਟੋਰੀ ਲੈਂਦੇ ਤਾਂ ਉਹਨੇ ਔਰ ਇਹ ਕੰਮ ਕਰਨਾ। ਜੇ ਕੋਈ ਸੀਨ ਥੋੜ੍ਹੇ ਕੁ ਜਾਵੇ ਤਾਂ ਉਹਦਾ ਨਹੀਂ, ਇਹ ਗਲਤ ਹੈ, ਇਹਨੂੰ ਸੈੱਟ ਕਰੋ। ਅਤੇ ਮੀਆਂ ਸਲਾਮ ਕਰਨੇ ਆ ਤਾਂ ਸਾਡਾ ਚੈਨਲ ਟਾਈਮ 'ਤੇ ਕੌਮੇਡੀ, ਉਹਨੂੰ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ ਅਤੇ ਕਮੈਂਟ ਵੀ ਕਰਨਾ। ਉਹ ਟੱਲੀ, ਉਹਨੂੰ ਲਾਜ਼ਮੀ ਖੜਕਾਉਣਾ ਹੀ ਨੇ ਯਾਰ, ਇਹ ਤੁਹਾਡੀ ਪਰ ਅਸੀਂ ਮਿਹਨਤਾਂ ਕਰਨੇ ਆ, ਤੁਹਾਨੂੰ ਵੇਖਿਆ ਕਰੋ ਯਾਰ ਅਤੇ ਪਿਆਰੇ ਪਿਆਰੇ ਕਮੈਂਟ ਕੀਤੇ ਕਰੋ। ਅਸਲਾਮ ਅਲੈਕੁਮ। ਨਾਜ਼ਰੀਨ, ਹੁਣ ਚੱਲਦੇ ਹਾਂ ਕਿ ਔਰ ਖੂਬਸੂਰਤ ਆਰਟਿਸਟ ਦੇ ਕੋਲ, ਤੁਹਾਨੂੰ ਮੁਲਾਕਾਤ ਕਰਾਉਂਦੇ ਹਾਂ। ਨਾਜ਼ਰੀਨ, ਬੜਾ ਖੂਬਸੂਰਤ ਆਰਟਿਸਟ ਕਿੱਥੇ ਜਾਊ ਨੇ, ਤੈਨੂੰ ਫੜ ਲੈਂਦੇ ਹਾਂ। ਚੌਧਰੀ ਤੀਫਾ ਸਾਹਿਬ, ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਜਨਾਬ ਬਸ਼ੀਰ ਜਾਨ ਸਾਹਿਬ, ਸਾਡੇ ਪਾਕਿਸਤਾਨ ਦੀ ਜਾਨ ਬਸ਼ੀਰ ਜਾਨ, ਬਹੁਤ ਅੱਛੇ ਡਾਇਰੈਕਟਰ, ਮਾਸ਼ਾਅੱਲਾ ਪਾਕਿਸਤਾਨ ਦਾ ਇੱਕ ਨਾਮ, ਇੱਕ ਸਿਤਾਰਾ। ਜਨਾਬ ਕੀ ਹਾਲ ਜੀ, ਕਿੱਥੇ ਜਾ ਰਹੇ ਹੋ? ਮੋਟਰਸਾਈਕਲ ਸਟਾਰ ਤਾਂ ਨਹੀਂ ਕਰੂ ਮੈਂ ਜੀ? ਅੱਜ ਟਾਈਮ 'ਤੇ ਕਮੇਡੀ ਦੀ ਸ਼ੂਟਿੰਗ 'ਤੇ ਆਇਆ ਸੀ ਅਤੇ ਵਾਪਸੀ ਚੱਲਾ ਸੀਗਾ, ਅਤੇ ਜਨਾਬ ਤੁਹਾਡਾ ਕੈਮਰਾ ਅੱਗੋਂ ਟੁੱਕ ਗਿਆ। ਅੱਛਾ ਜੀ, ਕਿ ਅੱਜ ਕਿਵੇਂ ਲੱਗਾ ਕੰਮ? ਮੈਂ ਕਹਿੰਦਾ ਜਨਾਬ ਕਮਾਲ ਹੋ ਗਈ ਬਈ, ਆਮ ਸਾਡੇ ਬਸ਼ੀਰ ਜਾਨ ਡਾਇਰੈਕਟਰ ਸਾਹਿਬ ਨੇ ਸਾਡੇ ਕੋਲ ਇੰਜ ਕੰਮ ਲਿਆ ਕਿ ਮੈਂ ਤਾਂ ਅੱਜ ਡੇਢ ਘੰਟਾ ਇੱਕ ਸੀਨ ਦੇ ਉੱਤੇ ਫਸ ਗਿਆ। ਇਹਨਾਂ ਨੇ ਫਸਾ ਲੈਂਦੇ ਨੇ, ਫਸਾ ਕੇ ਫਿਰ ਮਰਜ਼ੀ ਆਪਣੀ ਕਰਦੇ ਨੇ, ਜਿਸ 'ਚ ਆਪਣੀ ਮਰਜ਼ੀ ਪੂਰੀ ਨਹੀਂ ਹੁੰਦੀ, ਮੁੜ ਜਾ ਨਹੀਂ ਛੁੱਟਦੀ। ਜਨਾਬ ਤੁਸੀਂ ਸਾਡੇ ਟਾਈਮ 'ਤੇ ਕਮੇਡੀ ਚੈਨਲ 'ਤੇ ਅਸੀਂ ਆਉਂਦੇ ਪਏ ਹਾਂ, ਇਨਸ਼ਾ ਅੱਲਾ ਤਾਲਾ ਸਾਡਾ ਨਹੀਂ, ਇਹ ਤੁਹਾਡਾ ਆਪਣਾ ਚੈਨਲ ਆ, ਇਹਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ, ਅੱਛੇ ਅੱਛੇ ਕਮੈਂਟਸ ਕਰੋ, ਔਰ ਜਨਾਬ ਤੁਸੀਂ ਇਹਦੀਆਂ ਵੀਡੀਓ ਟੱਲੀ ਵਾਲੀ ਬਟਨ ਦਬਾਈ ਆਓ, ਸਬਸਕ੍ਰਾਈਬ ਵੀ ਜ਼ਰੂਰ ਕਰੋ ਔਰ ਦੋਸਤਾਂ 'ਚ ਸ਼ੇਅਰ ਕਰੋ ਜਿੰਨੀ ਹੋ ਸਕਦੀ। ਜਨਾਬ ਸਾਨੂੰ ਲੱਖਾਂ ਦੀ ਤਾਦਾਦ ਨਾ ਕਿ ਕਰੋੜਾਂ ਦੀ ਤਾਦਾਦ ਨੇ, ਇਨਸ਼ਾ ਅੱਲਾ ਤਾਲਾ ਤੁਸੀਂ ਵੇਖੋਗੇ। ਜਨਾਬ ਸਾਡੇ ਡਾਇਰੈਕਟਰ ਬਸ਼ੀਰ ਜਾਨ ਸਾਹਿਬ ਔਰ ਜਨਾਬ ਤੁਹਾਡਾ ਚੌਧਰੀ ਤੀਫਾ, ਮੁਹੱਬਤਾਂ ਭਰਿਆ ਸਲਾਮ ਕਬੂਲ ਕਰੋ। ਬੜੀ ਮਿਹਰਬਾਨੀ ਜਨਾਬ ਤੀਫਾ ਸਾਹਿਬ, ਹੁਣ ਜਾਊ? ਹਾਂਜੀ ਜਾਊ ਐਂ, ਸਾਨੂੰ ਵੀ ਲਈ ਚਲੋ ਨਾਲ, ਤੁਸੀਂ ਵੀ ਨਾਲ ਚੱਲੋ, ਪਰ ਸਾਨੂੰ ਥੋੜਾ ਟਾਈਮ ਦਿਓ, ਇੱਕ ਦੋ ਔਰ ਆਰਟਿਸਟ। ਚੱਲ ਨਾਲ ਵੇ ਬਾਬੂ ਸੋਹਣੀ ਗੱਡੀ ਵਾਲਿਆ, ਹੋ ਸਾਨੂੰ ਵੀ ਲਈ ਚੱਲ ਨਾਲ ਵੇ ਬਾਬੂ ਸੋਹਣੀ ਗੱਡੀ ਵਾਲਿਆ, ਟਪ ਟਮ 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 ਟਟ ਟਮ 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 ਟਟ ਟਮ ਟਮ ਟਮ। ਤੀਫਾ ਸਾਹਿਬ ਮਾਸ਼ਾਅੱਲਾ ਤੁਹਾਡੀ ਆਵਾਜ਼ ਤਾਂ ਬੜੀ ਅੱਛੀ ਹੈ, ਕੋਈ ਵੀਡੀਓ 'ਚ ਵੀ ਗਾਇਆ ਗੋਇਆ ਹੈ ਕੋਈ ਤੁਸੀਂ? ਜੀ ਅੱਜ ਸਾਡਾ ਕੋਈ ਥੋੜ੍ਹੇ ਕੁ ਟੱਪੇ ਮਾਂ ਦੀ ਸ਼ਾਨ ਦੇ ਹੋਏ ਨੇ ਅਤੇ ਇੱਕ ਦੋ ਦੋੜੇ, ਓਏ ਅੱਜ ਸਾਡਾ ਜਿਹੜਾ ਗਾਣਾ ਹੋਇਆ ਨਾ, ਮੈਂ ਨਾ ਕਮਾਲ ਹੋ ਗਿਆ ਯਾਰ, ਅੱਜ ਇਹ ਆਵਾਮ ਸਾਡੀ ਵੀਡੀਓ ਵੇਖੇਗੀ ਨਾ ਅਤੇ ਇਨਸ਼ਾ ਅੱਲਾ ਤਾਲਾ ਇਹਨੂੰ ਲਾਈਕ ਵੀ ਕਰੇਗੀ, ਸ਼ੇਅਰ ਵੀ ਕਰੇਗੀ, ਅੱਛੇ ਅੱਛੇ ਕਮੈਂਟਸ ਕਰੇਗੀ, ਔਰ ਅੰਦਰੂਨੇ ਬਰੂਨੇ ਮੁਲਕ ਤਮਾਮ ਮੁਸਲਮਾਨਾਂ ਭੈਣਾਂ ਭਰਾਵਾਂ ਨੂੰ ਬਹੁਤ ਹੀ ਮਿਹਰਬਾਨੀ, ਔਰ ਤਮਾਮ ਸਾਡੇ ਦੂਸਰੇ ਮੁਲਕਾਂ ਦੇ ਦੋਸਤਾਂ ਨੂੰ, ਔਰ ਜਨਾਬ ਸਿੱਖ ਕਮਿਊਨਿਟੀ ਜਿਹੜੀ ਸਾਨੂੰ ਵੇਖਦੀ ਉਹਨਾਂ ਦੇ ਬੇਹੱਦ ਮਸ਼ਕੂਰ ਹਾਂ, ਔਰ ਜਨਾਬ UK ਤੋਂ ਤਮਾਮ ਦੋਸਤਾਂ ਦੇ ਮਸ਼ਕੂਰ ਹਾਂ, ਸਾਊਦੀਆ ਤੋਂ, ਇੰਡੀਆ ਤੋਂ, ਸਭ ਦੋਸਤਾਂ ਦੇ ਜਿਹੜੇ ਅੱਛੇ ਅੱਛੇ ਕਮੈਂਟਸ ਕਰਦੇ ਨੇ ਸਾਨੂੰ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਤੀਫਾ ਸਾਹਿਬ, ਇੱਕ ਖੂਬਸੂਰਤ ਆਰਟਿਸਟ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਨਾਜ਼ਰੀਨ ਆਏ, ਇਹ ਦੋ ਬੜੇ ਖੂਬਸੂਰਤ ਆਰਟਿਸਟ ਨੇ, ਸ਼ੇਰਾ ਅਤੇ ਬਾਦਸ਼ਾਹ ਭੱਟੀ ਸਾਹਿਬ, ਇਹਨਾਂ ਨੂੰ ਅਸਲਾਮ ਅਲੈਕੁਮ ਜੀ। ਜਾਨ ਸਾਹਿਬ ਵਾਲੇਕੁਮ ਸਲਾਮ, ਸਾਹ ਜੀ ਕੀ ਹਾਲ ਹੈ, ਤਬੀਅਤ ਠੀਕ ਹੈ? ਉਹ ਜੀ ਤੁਸੀਂ ਸੁਣਾਓ, ਅੱਜ ਸ਼ੂਟਿੰਗ ਕਰ ਰਹੇ ਹੋ ਟਾਈਮ 'ਤੇ ਕਾਮੇਡੀ ਦੀ, ਕਿਵੇਂ ਲੱਗ ਰਿਹਾ ਜੀ? ਬਹੁਤ ਮਜ਼ਾ ਆ ਰਿਹਾ, ਬਹੁਤ ਮਜ਼ਾ ਆ ਰਿਹਾ ਸਾਹ ਜੀ, ਐਡਾ ਮਜ਼ਾ ਕਦੀ ਵੀ ਨਹੀਂ ਆਇਆ,
ਜਿੰਨਾ ਅੱਜ ਮਜ਼ਾ ਆਇਆ ਕੰਮ ਕਰਨ ਦਾ। ਤੁਹਾਡੇ ਨਾਲ ਕੰਮ ਕਰਕੇ ਸਾਨੂੰ ਦਿਲੋਂ ਖੁਸ਼ੀ ਹੋਈ ਹੈ ਜੀ। ਬਹੁਤ ਅੱਛਾ ਜਾ ਰਿਹਾ ਤੁਹਾਡਾ ਟੇਸ਼ਨ ਤੇ, ਬਹੁਤ ਮਾਸ਼ਾਅੱਲਾ ਇਨਸ਼ਾਅੱਲਾ ਚੱਲੇਗਾ ਜੀ। ਮਗਰ ਮੈਨੂੰ ਤੁਹਾਡੇ ਨਾਲ ਖੁਸ਼ੀ ਨਹੀਂ ਹੋਈ, ਤੁਸੀਂ ਬੜਾ ਤੰਗ ਕੀਤਾ ਹੈ ਤੇ ਹਾਲੇ ਵੀ ਮੇਰੇ ਮੁਤਾਬਕ ਕੰਮ ਨਹੀਂ ਕੀਤਾ ਤੁਸੀਂ ਤੁਹਾਡਾ। ਸਰ ਜੀ ਅੱਜ ਪਹਿਲਾ ਦਿਨ ਸੀ, ਇਨਸ਼ਾਅੱਲਾ ਅੱਗੇ ਤੋਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਆਏਗਾ। ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਕੰਮ ਹੋਏਗਾ। ਚਲੋ ਅੱਲਾ ਤੁਹਾਨੂੰ ਕਾਮਯਾਬ ਕਰੇ ਜੀ, ਮੇਰੀ ਦੁਆ ਹੈ, ਮਿਹਨਤ ਮੈਂ ਕਰਾਂਗਾ ਤੇ ਬਾਕੀ ਫੈਸਲਾ ਆਵਾਮ ਨੇ ਕਰਨਾ ਹੈ। ਸਾਡੇ ਜਿਹੜੇ ਵੇਖਣ ਵਾਲੇ ਨੇ ਹਮੇਸ਼ਾ ਉਹਨਾਂ ਨੇ ਪਿਆਰ ਤੇ ਇੱਜ਼ਤ ਦਿੱਤੀ ਹੈ ਮੇਰੇ ਕੰਮ ਨੂੰ, ਮੈਨੂੰ ਉਮੀਦ ਹੈ ਤੇ ਮੇਰੇ ਇਸ ਚੈਨਲ ਨੂੰ ਵੀ ਉਹ ਸਬਸਕ੍ਰਾਈਬ ਵੀ ਕਰਨਗੇ, ਲਾਇਕ ਵੀ ਕਰਨਗੇ ਔਰ ਕੰਮ ਨੂੰ ਪਸੰਦ ਵੀ ਕਰਨਗੇ, ਅੱਛੇ ਅੱਛੇ ਕਮੈਂਟ ਕਰਨਗੇ। ਨਾਜ਼ਰੀਨ ਮੇਰਾ ਚੈਨਲ ਹੈ ਟਾਈਮ ਤੇ ਕਾਮੇਡੀ, ਤੁਸੀਂ ਉਹਨੂੰ ਜ਼ਰੂਰ ਵੇਖਣਾ ਹੈ, ਇਨਸ਼ਾਅੱਲਾ ਤੁਹਾਨੂੰ ਕੰਮ ਪਸੰਦ ਆਏਗਾ। ਬਿਲਕੁਲ ਜੀ, ਤੁਹਾਨੂੰ ਮਜ਼ਾ ਵੀ ਆਏਗਾ ਕੰਮ ਕਰਨ ਦਾ। ਸਬਸਕ੍ਰਾਈਬ ਕਰੇ ਔਰ ਜਨਾਬ ਬੜੀ ਮਿਹਰਬਾਨੀ ਆਪਕੀ। नाजरीन हमारी वीडियो अच्छी लगी हो तो हमारे चैनल टाइम पे कॉमेडी को सब्सक्राइब और लाइक जरूर करें और बेल आइकन के निशान पर ऑल के बटन को जरूर दबाएं ताकि हर आने वाली नई वीडियो आप तक पहुंच सके।